Hello, Sat Sri Akaal, Namaste, welcome to G Aaya Nu. Mera naam hai Dilpreet. Te main hai gi thodi trainer. Aaj di exercise je tusi guess nahi kita hega. Dobare aap phir modiyan di exercise karni hegi ya. So, kaafi exercise hegi ya thode modiyan layi, thode baahan layi, thode lakkan layi. So, jehdi aaj di exercise hegi ya. How to do dumbbell upright rows. ਜਿਹੜੀ ਐਕਸਰਸਾਈਜ਼ ਹੈਗੀ ਆ ਜਿੱਥੇ ਜਿਹੜੇ ਪਿਛਲੇ ਮੋਢੇ ਹੈਗੇ ਆ ਉਹ ਤੇ ਜ਼ਿਆਦਾ ਫੋਕਸ ਕਰਦੀ ਆ ਤੇ ਨਾਲੇ ਆਪਾਂ ਚੀਜ਼ਾਂ ਵੀ ਚੱਕਦੇ ਹੈਗੇ ਆ ਜਿਸਦੀ ਬੋਰਾ ਚੱਕਣਾ ਹੈਗਾ ਆ ਸੇਮ ਮੂਵਮੈਂਟ ਹੈਗਾ ਆ ਸੋ ਮੈਂ ਦਿਖਾਉਣੀ ਆ ਓਕੇ ਇੱਥੇ ਤੁਸੀਂ ਖਾ ਜਾਣਾ ਇੱਥੇ ਤੁਹਾਡੇ ਡੰਬਲਸ ਹੈਗੇ ਆ ਮੋਢਿਆਂ ਦੇ ਪਿੱਛੇ ਢਿੱਡ ਨੂੰ ਅੰਦਰ ਤੇ ਉੱਤੇ ਜਿਹੜੀ ਤੁਹਾਡੀ ਕੂਣੀ ਹੈਗੀ ਆ ਕੂਣੀ ਉੱਤੇ ਜਾਓ ਥੋੜੀ ਐਲਬੋ ਸੋ ਐਲਬੋ ਲੀਡ ਕਰਦੀ ਆ ਸੋ ਐਲਬੋ ਉੱਤੇ ਜਾਓ ਪਹਿਲਾਂ ਰਾਈਟ ਸੀ ਥੋੜੀ ਕੂਣੀ ਉੱਤੇ ਜਾਂਦੀਆਂ ਕੂਣੀਆਂ ਬਰੀਦ ਆਊਟ ਬਰੀਦ ਇਨ ਬਰੀਦ ਗੁੱਡ ਗੁੱਡ ਯਪ ਤੇ ਸਾਈਡ ਤੋਂ ਹਾਂ ਥੋੜੀ ਤੁਈ ਸਟ੍ਰੇਟ ਹੋਵੇ ਟੈਡ ਨੂੰ ਰਾਈਟ ਕੂਣੀ ਉੱਤੇ ਅਗੇਨ ਆਈ ਨਹੀਂ ਕਰਨਾ ਹੈਗਾ ਆਈ ਨਹੀਂ ਕਰਨਾ ਹੈਗਾ ਹਨਾ ਸਿੱਧੇ ਖੜੋ ਉਥਨੇ ਮੋਢੇ ਪਿੱਛੇ ਥੱਲੇ ਟੈਡ ਨੂੰ ਰਾਈਟ ਤੇ ਉੱਤੇ ਲੈ ਆਓ ਜੇ ਦੋ ਡੰਬਲ ਔਖੇ ਹੈਗੇ ਆ ਤੁਸੀਂ ਇੱਕ ਨਾਲ ਵੀ ਕਰ ਸਕਦੇ ਆ ਕੂਣੀ ਆ ਰਾਈਟ ਚੱਕ ਲਓ ਗੁੱਡ ਕੂਣੀ ਉੱਤੇ ਪਹਿਲਾਂ ਗੁੱਡ ਆਲ ਰਾਈਟ ਤੁਸੀਂ ਇਹਦੇ ਨਾਲ ਪ੍ਰੈਕਟਿਸ ਕਰ ਸਕਦੇ ਹੈਗੇ ਆ ਇਹ ਹੈਗੇ ਆ ਤੁਹਾਡੇ ਡੰਬਬੈਲ ਅਪਰਾਈਟ ਰੋਸ ਸੋ ਇਹ ਬਹੁਤ ਵਧੀਆ ਹੈਗੇ ਤੁਹਾਡੇ ਮੋਢਿਆਂ ਲਈ ਪਰ ਕੱਲੇ ਸਾਈਡ ਮੋਢਿਆਂ ਲਈ ਨਹੀਂ ਵੀ ਪਰ ਤੁਹਾਡੇ ਪਿਛਲੇ ਮੋਢਿਆਂ ਲਈ ਮਸਲ ਹੈਗੇ ਆ ਉਹਨਾਂ ਲਈ ਵੀ ਬਹੁਤ ਇੰਪੋਰਟੈਂਟ ਹੈਗਾ ਵੀ ਤੁਸੀਂ ਸਾਰੇ ਮਸਲ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਵਰਕ ਕਰਨਾ ਆ ਸੋ ਤੁਹਾਡਾ ਫਰੰਟ ਸ਼ੋਲਡਰ ਸਾਈਡ ਸ਼ੋਲਡਰ ਤੇ ਤੁਹਾਡਾ ਬੈਕ ਸ਼ੋਲਡਰ ਸੋ ਮੁਰੇ ਸਾਈਡ ਤੇ ਪਿੱਛੇ ਸਾਰੇ ਮਸਲਸ ਨੂੰ ਕੰਮ ਕਰਨਾ ਹੈਗਾ ਆ ਸਟਰੈਂਥਨ ਕਰਨਾ ਆ ਸੋ ਪ੍ਰੈਕਟਿਸ ਪ੍ਰੈਕਟਿਸ ਕਰੋ ਹੋਪਫੁਲੀ ਤੁਹਾਨੂੰ ਵਧੀਆ ਲੱਗਿਆ ਤੇ ਆਪਾਂ ਮਿਲਦੇ ਹਾਂ ਸੂਨ ਕਿਉਂਕਿ ਮੈਨੂੰ ਬਹੁਤ ਫਨ ਹੁੰਦਾ ਹੈ ਮੈਨੂੰ ਮਜ਼ਾ ਆਉਂਦਾ ਹੈ ਇਹ ਜਿਹੜੀ ਵੀਡੀਓਜ਼ ਹੈਗੀਆਂ ਇਹ ਮੈਂ ਬਣਾਵਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂ ਅਗੇਨ ਪਲੀਜ਼ ਡੋਨਟ ਫੋਰਗੇਟ ਟੂ ਹਿੱਟ ਦ ਸਬਸਕ੍ਰਾਈਬ ਬਟਨ ਤੇ ਤੁਸੀਂ ਸ਼ੇਅਰ ਕਰੋ ਵੀਡੀਓ ਆਪਦੇ ਸਿਸਟਰਸ ਬ੍ਰਦਰਸ ਮਾਵਾਂ ਧੀਆਂ ਨਾਲ ਜਿਹਨਾਂ ਨਾਲ ਤੁਸੀਂ ਸ਼ੇਅਰ ਕਰਨਾ ਪਲੀਜ਼ ਤੁਸੀਂ ਸ਼ੇਅਰ ਕਰੋ ਤੇ ਆਪਾਂ ਮਿਲਦੇ ਹਾਂ ਸੂਨ ਸਤਿ ਸ਼੍ਰੀ ਅਕਾਲ